ਆ ਤੁਹਾਨੂੰ ਸਾਡੇ ਘਰ ਦੇ ਹਾਲਾਤ ਦੀਨੇ ਨੇ ਸਾਡੇ ਕੋਲੇ ਪੈਸੇ ਨਹੀਂ ਹੈਗੇ ਪੈਸਾ ਮੇਰਾ ਤੇ ਮਾਲਕ ਤੂੰ ਤੂੰ ਮੈਨੂੰ ਝੂਠ ਬੋਲ ਕੇ ਇੱਥੇ ਲੈ ਕੇ ਆਈਆਂ ਇਹ ਤੁਹਾਡੇ ਲਈ ਬਹੁਤ ਗਲਤ ਗੱਲ ਆ ਦੇਖ ਦੇਵ ਆ ਜਿਹੜਾ ਸੈਕਸ਼ਨ ਆ ਨਾ ਇਹ ਆਪਾਂ ਰੱਖਾਂਗੇ ਰੈਡੀਮੇਡ ਕੱਪੜਿਆਂ ਦਾ ਤੇ ਜਿਹੜਾ ਇਹ ਵਾਲਾ ਸੈਕਸ਼ਨ ਆ ਇਹ ਆਪਾਂ ਰੱਖਾਂਗੇ ਅਨਸਟਿਚ ਕੱਪੜਿਆਂ ਦਾ ਤੇ ਜਿਹੜਾ ਇਹ ਵਾਲਾ ਇੱਥੇ ਆਪਾਂ ਰੱਖਾਂਗੇ ਰੈਡੀਮੇਡ ਬੱਚਿਆਂ ਦੇ ਕੱਪੜਿਆਂ ਦਾ ਕਿਵੇਂ ਦਾ ਲੱਗਿਆ ਪਲਾਨ ਪਲਾਨ ਤਾਂ ਬਹੁਤ ਸੋਹਣਾ ਪਰ ਜੇ ਆਪਾਂ ਬੱਚਿਆਂ ਦੇ ਕੱਪੜੇ ਰੱਖ ਰਹੇ ਆ ਅਨਸਟਿਚ ਰੱਖ ਰਹੇ ਆ ਰੈਡੀਮੇਡ ਰੱਖ ਰਹੇ ਆ ਫਿਰ ਆਪਾਂ ਨੂੰ ਜੈਂਟਸ ਕਲੈਕਸ਼ਨ ਰੱਖਣ 'ਚ ਕੀ ਪ੍ਰੋਬਲਮ ਆ ਆਪਾਂ ਜੈਂਟਸ ਦੀ ਕਲੈਕਸ਼ਨ ਵੀ ਰੱਖ ਲੈਂਦੇ ਹਾਂ ਆਪਾਂ ਜੈਂਟਸ ਦੇ ਕੱਪੜੇ ਕਿਉਂ ਰੱਖਣੇ ਆ ਮੈਕਸਿਮਮ ਆਪਣੇ ਕੋਲ ਤਾਂ ਲੇਡੀਜ਼ ਕਸਟਮਰ ਹੁੰਦੀਆਂ ਨੇ ਰਾਧਿਕਾ ਜੀ ਮੈਂ ਤਾਂ ਹੀ ਤਾਂ ਕਹਿ ਰਿਹਾ ਆਪਣੀਆਂ ਮੈਕਸਿਮਮ ਕਸਟਮਰ ਲੇਡੀਜ਼ ਨੇ ਬੰਦਿਆਂ ਦੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਉਹ ਆਪਣੇ ਕੱਪੜੇ ਖਰੀਦਣ 90% ਬੰਦਿਆਂ ਦੇ ਕੱਪੜੇ ਉਹਨਾਂ ਦੀਆਂ ਘਰ ਵਾਲੀਆਂ ਹੀ ਲੈਂਦੀਆਂ ਨੇ ਮੇਰੇ ਹੀ ਲੈ ਲਓ ਮੇਰੇ ਸਾਰੇ ਕੱਪੜੇ ਮਿੰਦੋ ਲੈ ਕੇ ਆਉਂਦੀ ਆ ਮੈਨੂੰ ਪਤਾ ਵੀ ਨਹੀਂ ਹੁੰਦਾ ਵੀ ਮੇਰੇ ਕੋਲ ਕਿਹੜੇ ਕਿਹੜੇ ਕੱਪੜੇ ਨੇ ਅਤੇ ਬੰਦਾ ਸਵੇਰੇ ਉੱਠ ਕੇ ਮੰਗਦਾ ਵੀ ਆਪਣੀ ਲੇਡੀਜ਼ ਤੋਂ ਹੀ ਆ ਮੇਰਾ ਕੁੜਤਾ ਫੜਾਈ ਮੇਰੀ ਸ਼ਰਟ ਫੜਾਈ ਜੇ ਬੱਚਿਆਂ ਦੀ ਕਲੈਕਸ਼ਨ ਰੱਖੀ ਆ ਲੇਡੀਜ਼ ਦੀ ਰੱਖੀ ਆ ਜੈਂਟਸ ਦੀ ਕਿਉਂ ਨਹੀਂ ਤੁਸੀਂ ਸੋਚੋ ਜਦੋਂ ਸਾਰਾ ਕੁਝ ਇੱਕੋ ਸਟੋਰ ਦੇ ਵਿੱਚ ਮਿਲੂਗਾ ਤਾਂ ਆਪਣੀ ਕਮਾਈ ਵੀ ਵਧੂਗੀ ਅਤੇ ਆਪਣਾ ਮੁਨਾਫਾ ਵੀ ਵਧੂਗਾ ਸਹੀ ਕਿਹਾ ਤੂੰ ਦੇਵ ਤੇਰਾ ਨਾ ਐਕਸਪੀਰੀਅੰਸ ਬੋਲਦਾ ਤੈਨੂੰ ਦੁਕਾਨਦਾਰੀ ਬਾਰੇ ਬਹੁਤ ਪਤਾ ਭੈਣੇ ਦੁਕਾਨਦਾਰੀ ਦਾ ਤਾਂ ਹਰੇਕ ਦੁਕਾਨਦਾਰ ਨੂੰ ਪਤਾ ਹੁੰਦਾ ਮੈਨੂੰ ਹੁਣ ਇਹ ਦੱਸੋ ਵੀ ਜਿਹੜੀ ਦੁਕਾਨਦਾਰੀ ਦੀ ਤਾਰੀਫ ਕਰਦੇ ਪਏ ਹੋ ਉਹ ਦੁਕਾਨ ਬਣਾਉਣੀ ਕਿੱਥੇ ਆ ਨਕਸ਼ਾ ਤਾਂ ਤੁਸੀਂ ਚੱਕੀ ਫਿਰਦੇ ਹੋ ਜਗ੍ਹਾ ਵੀ ਮੈਂ ਦੇਖੀ ਹੋਈ ਆ ATI ਰੋਡ ਅਤੇ ਦੁਕਾਨ ਨੰਬਰ 113 113 ਮਤਲਬ ਅਮਰ ਦੇ ਸ਼ੋਰੂਮ ਦੇ ਬਿਲਕੁਲ ਨਾਲ ਦੀ ਦੁਕਾਨ ਅਮਰ ਦੇ ਸ਼ੋਰੂਮ ਦੀ ਨਹੀਂ ਤੇਰੇ ਸ਼ੋਰੂਮ ਦੇ ਨਾਲ ਦੀ ਦੁਕਾਨ ਨਹੀਂ ਰਾਧਿਕਾ ਜੀ ਆਪਾਂ ਉੱਥੇ ਕੰਮ ਨਹੀਂ ਕਰਨਾ ਕਿਉਂ ਉੱਥੇ ਕੰਮ ਕਿਉਂ ਨਹੀਂ ਕਰਨਾ ਕਿਉਂਕਿ ਉੱਥੇ ਮੇਰੇ ਭਰਾ ਦਾ ਸ਼ੋਰੂਮ ਆ ਅਤੇ ਮੈਂ ਜੇ ਉਹਦੇ ਬਿਲਕੁਲ ਨਾਲ ਦੁਕਾਨ ਖੋਲੂੰਗਾ ਤਾਂ ਮੈਂ ਉਹਦਾ ਕੰਪੀਟੀਟਰ ਨਹੀਂ ਬਣ ਜੂਗਾ ਮੈਂ ਆਪਣੇ ਭਰਾ ਦਾ ਗਾਹਕ ਕਿਵੇਂ ਆਪਣੇ ਕੋਲ ਆਉਣ ਨੂੰ ਕਹਿ ਦੂੰਗਾ ਨਹੀਂ ਉੱਥੇ ਨਹੀਂ ਉੱਥੇ ਮੈਂ ਸ਼ਰੀਕ ਬਣ ਕੇ ਨਹੀਂ ਬਹਿ ਸਕਦਾ ਦੇਵ ਸਮਝਣ ਦੀ ਕੋਸ਼ਿਸ਼ ਕਰ ਗਾਹਕ ਆਪਾਂ ਨੂੰ ਉੱਥੇ ਹੀ ਮਿਲਣਾ ਉਹ ਵੀ ਬਣਿਆ ਹੋਇਆ ਗਾਹਕ ਨੇ ਬਣਨਾ ਉਹ ਤੁਹਾਡੀ ਦੁਕਾਨਦਾਰੀ ਦੇ ਨਾਲ ਬਣਨਾ ਜੇ ਤੁਹਾਡੀ ਦੁਕਾਨਦਾਰੀ ਚੰਗੀ ਆ ਨਾ ਤਾਂ ਤੁਸੀਂ ਇੱਕ ਗਲੀ ਦੇ ਵਿੱਚ ਵੀ ਦੁਕਾਨ ਖੋਲ੍ਹ ਲਓ ਗਾਹਕ ਉੱਥੇ ਵੀ ਆ ਜਾਂਦਾ ਉਹ ਬਹੁਤ ਲੇਡੀਜ਼ ਨੇ ਜਿਹੜੀਆਂ ਘਰੋਂ ਸਿਰਫ ਆਪਣੇ ਫੋਨ ਤੋਂ ਕੰਮ ਕਰਦੀਆਂ ਪਈਆਂ ਨੇ ਮਿੰਦੋ ਨੇ ਵੀ ਕੰਮ ਘਰੋਂ ਹੀ ਸ਼ੁਰੂ ਕੀਤਾ ਸੀ ਅਤੇ ਉਸੇ ਵਜ੍ਹਾ ਕਰਕੇ ਤੁਸੀਂ ਮੈਨੂੰ ਲੱਭਦੇ ਇੱਥੇ ਆਏ ਜਿਹਦਾ ਕੰਮ ਚੱਲਣਾ ਨਾ ਉਹ ਘਰ ਤੋਂ ਵੀ ਚੱਲ ਪੈਣਾ ਅਤੇ ਜਿਹੜਾ ਦੁਕਾਨਦਾਰ ਵਧੀਆ ਨਹੀਂ ਹੈਗਾ ਨਾ ਭਾਵੇਂ ਮੇਨ ਰੋਡ ਦੇ ਉੱਤੇ ਦੁਕਾਨ ਲੈ ਲਵੇ ਉਹ ਵੀ ਨਹੀਂ ਚੱਲਦਾ ਹੁੰਦਾ ਇੱਕ ਹੋਰ ਜਿਹੜੀ ਸਭ ਤੋਂ ਵੱਡੀ ਗੱਲ ਮੇਰੇ ਦਿਲ ਦੇ ਵਿੱਚ ਆ ਉਹ ਇਹ ਆ ਕਿ ਆਪਣੇ ਭਰਾ ਦੇ ਸ਼ੋਰੂਮ ਦੇ ਬਿਲਕੁਲ ਨਾਲ ਦੁਕਾਨ ਖੋਲ੍ਹ ਕੇ ਮੈਂ ਉਹਦਾ ਵਿਰੋਧੀ ਨਹੀਂ ਬਣਨਾ ਉਹਨਾਂ ਲਈ ਚਾਹੇ ਮੈਂ ਉਹਨਾਂ ਦਾ ਸ਼ਰੀਕ ਆ ਨਫ਼ਰਤ ਕਰਦੇ ਆ ਮੈਨੂੰ ਪਰ ਰਹਿਣਾ ਤਾਂ ਉਹਨੇ ਮੇਰਾ ਛੋਟਾ ਭਰਾ ਹੀ ਆ ਨਾ ਜੰਮੇ ਨਾਲ ਦੇ ਕਦੇ ਇੱਕ ਦੂਜੇ ਦੇ ਨਾਲ ਵੈਰ ਥੋੜ੍ਹੀ ਪਾਉਂਦੇ ਆ ਇੱਕ ਦੂਜੇ ਨੂੰ ਨੀਚਾ ਥੋੜ੍ਹੀ ਕਰਦੇ ਆ ਇੱਕ ਦੂਜੇ ਦੀ ਕਮਾਈ ਥੋੜ੍ਹੀ ਖਾਂਦੇ ਆ ਇਸ ਕਰਕੇ ਰਾਧਿਕਾ ਜੀ ਆਪਾਂ ਉੱਥੇ ਨਹੀਂ ਹੋਰ ਜਿੱਥੇ ਮਰਜ਼ੀ ਦੁਕਾਨ ਖੋਲ੍ਹ ਵਾਹ ਦੇਵ ਤੇਰੇ ਭਰਾ ਨੇ ਤੇਰੇ ਨਾਲ ਇੰਨਾ ਮਾੜਾ ਕੀਤਾ ਤੂੰ ਫਿਰ ਵੀ ਉਹਦੇ ਲਈ ਕਿੰਨਾ ਸੋਚਦਾ ਅਮਰ ਨੇ ਮੇਰੇ ਨਾਲ ਮਾੜਾ ਨਹੀਂ ਕੀਤਾ ਹਾਲਾਤਾਂ ਨੇ ਮੇਰੇ ਨਾਲ ਮਾੜਾ ਕੀਤਾ ਇਹਦੇ 'ਚ ਅਮਰ ਦਾ ਕੋਈ ਦੋਸ਼ ਨਹੀਂ ਚੱਲ ਠੀਕ ਹੈ ਆਪਾਂ ਨਾਲ ਦੀ ਦੁਕਾਨ ਨਹੀਂ ਦੇਖਦੇ ਪਰ ਮਾਰਕੀਟ ਉਹੀ ਰਹੂਗੀ ਮੰਮੀ ਮੇਰੇ ਸਾਰੇ ਕੱਪੜੇ ਪਾ ਲਿਓ ਨਾਲੇ ਆ ਟੈਡੀ ਬੀਅਰ ਮੈਂ ਹੱਥ 'ਚ ਹੀ ਫੜਿਆ ਹੋਇਆ ਵਾ ਇਹ ਮੈਂ ਇੱਦਾਂ ਹੀ ਲੈ ਕੇ ਜਾਣਾ ਠੀਕ ਆ ਪੁੱਤ ਤੂੰ ਫਿਕਰ ਨਾ ਕਰ ਮੈਂ ਤੇਰੀਆਂ ਸਾਰੀਆਂ ਫੇਵਰੇਟ ਚੀਜ਼ਾਂ ਰੱਖ ਲੈਣੀਆਂ ਉਹ ਪੁੱਤ ਉਹ ਕਿੱਥੇ ਦੀ ਘੁੰਮਣ ਦੀ ਤਿਆਰੀ ਹੋ ਰਹੀ ਆ ਆ ਬੈਗ ਪੈਕ ਕੀਤਾ ਹੋਇਆ ਉਹ ਕਿੱਥੋਂ ਦੀ ਤਿਆਰੀ ਖਿੱਚੀ ਆ ਮੈਨੂੰ ਵੀ ਦੱਸ ਦਿਓ ਮੈਂ ਵੀ ਆਪਣਾ ਬੈਗ ਤਿਆਰ ਕਰ ਲੈਂਦੀ ਹਾਂ
ਦੇਖੀ ਜਾਨੀ ਆ, ਬੋਲਦੀ ਕਿਉਂ ਨਹੀਂ? ਨਾ ਪੁੱਤ ਤੂੰ ਦੱਸ ਦੇ ਸੀਰਤ ਕਿੱਥੇ ਜਾਣਾ ਤੁਸੀਂ? ਨਾਨੀ ਮੈਂ ਆਪਣੇ ਪਾਪਾ ਕੋਲ ਵਾਪਿਸ ਚੱਲੀ ਆ, ਨਾਲੇ ਤੁਸੀਂ ਕਹਿ ਰਹੇ ਹੋ ਵੀ ਮੇਰੇ ਕੱਪੜੇ ਵੀ ਪੈਕ ਕਰ ਦੋ। ਨਹੀਂ, ਮੈਂ ਨਹੀਂ ਤੁਹਾਨੂੰ ਲੈ ਕੇ ਜਾਣਾ ਨਾਲ, ਮੈਂ ਤੁਹਾਡੇ ਕੋਲ ਰਹਿ ਕੇ ਬੋਰ ਹੋ ਗਈ, ਹੁਣ ਮੈਂ ਆਪਣੀ ਦਾਦੀ ਕੋਲ ਜਾਣਾ। ਜਾਣਾ ਤਾਂ ਦਾਦੀ ਕੋਲੇ ਨੀ, ਕਹਿਣ ਆ ਸੀਰਤ ਕੀ ਕਹੀ ਜਾਂਦੀ ਆ? ਮੰਮੀ ਸੀਰਤ ਸਹੀ ਕਹਿੰਦੀ ਪਈ ਆ, ਮੈਂ ਆਪਣੇ ਸਹੁਰੇ ਘਰ ਵਾਪਿਸ ਚੱਲੀ ਆ। ਨੀ ਤੇਰਾ ਦਿਮਾਗ ਖਰਾਬ ਹੋ ਗਿਆ, ਉਹ ਮਸਾ ਤਾਂ ਤੈਨੂੰ ਉੱਥੋਂ ਭੁੱਖੇ ਨੰਗਿਆਂ ਦੇ ਘਰੋਂ ਕੱਢਿਆ ਸੀ, ਉਹ ਹੁਣ ਤੂੰ ਫੇਰ ਦੁੱਖ ਸਹਿਣ ਨੂੰ ਚੱਲੀ ਆ। ਕੁੜੀਏ ਤੈਨੂੰ ਸੁਣਦਾ ਨੀ, ਤੂੰ ਫੇਰ ਬੈਗ ਪੈਕ ਕਰੀ ਜਾਂਦੀ ਆ। ਉਹ ਜਿਹਨੇ ਤੈਨੂੰ ਇੰਨਾ ਬੋਲਿਆ, ਤੇਰੀ ਮਾਂ ਨੂੰ ਇੰਨਾ ਬੋਲਿਆ, ਕਦੇ ਤੇਰੀ ਸਾਰ ਨਹੀਂ ਲਈ ਇੱਥੇ ਆ ਕੇ, ਕਦੇ ਫੋਨ ਨਹੀਂ ਕੀਤਾ, ਤੇ ਤੂੰ ਬੇਸ਼ਰਮਾ ਵਾਂਗੂ ਫੇਰ ਬੈਗ ਪੈਕ ਕਰਕੇ ਇੱਥੇ ਚੱਲੀ ਆ। ਆ ਡੇਲੇ ਜੇ ਕੱਢ ਕੇ ਨਾ ਕੁਛ ਨਹੀਂ ਬਣਨਾ, ਉਹ ਤੇਰੇ ਤੇ ਕੇਸ ਕਰਦਾ ਫਿਰਦਾ, ਆ ਤੇਰਾ ਫੇਰ ਪਿਆਰ ਡੁੱਲਦਾ ਫਿਰਦਾ। ਹਾਂ ਡੁੱਲਦਾ ਮੇਰਾ ਪਿਆਰ, ਜਾਗ ਪਿਆ ਮੇਰਾ ਪਿਆਰ, ਕਿਉਂਕਿ ਇਸ ਘਰ 'ਚ ਰਹਿ ਕੇ ਮੈਨੂੰ ਪਤਾ ਲੱਗਿਆ ਵੀ ਜਦੋਂ ਇੱਕ ਧੀ ਵਿਆਹੀ ਜਾਂਦੀ ਆ ਤਾਂ ਉਹਦਾ ਅਸਲੀ ਘਰ ਉਹਦਾ ਪੇਕਾ ਘਰ ਨਹੀਂ ਹੁੰਦਾ, ਸਹੁਰਾ ਘਰ ਹੁੰਦਾ। ਤੇ ਕਦੇ ਵੀ ਸਾਰੀ ਗੱਲ ਕਲੀਅਰ ਕੀਤੇ ਤੋਂ ਬਿਨਾਂ ਕੋਈ ਵੀ ਫੈਸਲਾ ਨਹੀਂ ਲੈਣਾ ਚਾਹੀਦਾ। ਜਲਦਬਾਜ਼ੀ ਵਿੱਚ ਕੀਤੇ ਫੈਸਲੇ ਹਮੇਸ਼ਾ ਗਲਤ ਹੁੰਦੇ ਆ, ਜਿਵੇਂ ਮੇਰਾ ਫੈਸਲਾ ਗਲਤ ਨਿਕਲਿਆ। ਉਹ ਫੈਸਲਾ ਤੇਰਾ ਹੈ ਹੀ ਨਹੀਂ ਸੀ, ਉਹ ਫੈਸਲਾ ਤੇਰੀ ਮੰਮੀ ਦਾ ਸੀ। ਪਾਪਾ! ਅਰੇ ਹੋਣੀ, ਤੇਰੀ ਹਿੰਮਤ ਕਿੱਦਾਂ ਹੋਈ ਇੱਥੇ ਆਉਣ ਦੀ? ਹਿੰਮਤ ਦਾ ਕੀ ਮਤਲਬ, ਘਰ ਦਾ ਜਵਾਈ ਆ ਉਹ, ਜਦੋਂ ਮਰਜ਼ੀ ਆਵੇ, ਨਾਲੇ ਮੈਂ ਬੁਲਾਇਆ ਉਹਨੂੰ ਨਾ, ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਧੀ ਦਾ ਘਰ ਵਸੇ? ਮੈਨੂੰ ਨਹੀਂ ਪਤਾ ਤੁਹਾਨੂੰ ਕਿਹਨੇ ਸਮਝਾਇਆ ਤੇ ਕਿਹਨੇ ਭੜਕਾਇਆ, ਪਰ ਇੱਕ ਗੱਲ ਸੁਣ ਲਓ, ਮੈਂ ਭੁੱਖੇ ਨੰਗੇ ਦੇ ਘਰ ਆਪਣੀ ਕੁੜੀ ਨਹੀਂ ਤੋਰਨੀ। ਉਹ ਬਸ ਕਰੋ ਮੰਮੀ, ਤੁਸੀਂ ਭੁੱਖਾ ਨੰਗਾ ਨਾਲੇ ਨਾ ਕੁਛ ਹੋਰ, ਉਹ ਮਾੜਾ ਚੰਗਾ ਟਾਈਮ ਬੰਦੇ ਨੂੰ ਦੇਖ ਕੇ ਨਹੀਂ ਆਉਂਦਾ। ਐ ਤਾਂ ਮੇਰਾ ਵੀ 20 ਵਾਰੀ ਹੱਥ ਟਾਈਟ ਹੋ ਜਾਂਦਾ, ਕੱਲ ਨੂੰ ਤੁਸੀਂ ਮੈਨੂੰ ਵੀ ਛੱਡ ਦੋਗੇ ਭੁੱਖਾ ਨੰਗਾ ਕਹਿ ਕੇ? ਕੀ ਕਹੀ ਜਾਂਦਾ ਮੁੰਡਿਆ ਤੂੰ? ਮੰਮੀ ਇਹ ਜੋ ਵੀ ਕਹਿੰਦੇ ਪਏ ਨੇ ਨਾ ਸਹੀ ਕਹਿੰਦੇ ਪਏ ਨੇ। ਉਸ ਦਿਨ ਜਿਹੜੀ ਵੀ ਤੁਹਾਡੀ ਗੱਲ ਗਗਨਵੀਰ ਜੀ ਨਾਲ ਹੋਈ ਸੀ, ਉਹਦੀ ਸਾਰੀ ਰਿਕਾਰਡਿੰਗ ਗਗਨਵੀਰ ਜੀ ਦੇ ਫੋਨ 'ਚ ਆ, ਤੇ ਉਹ ਅਸੀਂ ਵੀ ਸੁਣੀ ਆ ਤੇ ਕਿਰਨ ਨੇ ਵੀ। ਕੀ ਗੱਲ ਮੰਮੀ ਜੀ, ਹੁਣ ਕਿਉਂ ਚੁੱਪ ਹੋ ਗਏ? ਜਿਹੜੀ ਤੁਸੀਂ ਡਬਲ ਗੇਮ ਖੇਡੀ ਆ ਨਾ, ਕਿ ਕਿਰਨ ਨੂੰ ਕੁਛ ਹੋਰ ਕਿਹਾ ਤੇ ਮੈਨੂੰ ਕੁਛ ਹੋਰ ਕਿਹਾ, ਉਹ ਸਾਰਿਆਂ ਨੂੰ ਗੱਲ ਪਤਾ ਲੱਗ ਚੁੱਕੀ ਆ। ਜਦੋਂ ਇਹੀ ਰਿਕਾਰਡਿੰਗ ਬਾਰੇ ਮੈਨੂੰ ਪਤਾ ਲੱਗਿਆ ਤਾਂ ਮੈਂ ਕਿਰਨ ਨੂੰ ਕੰਟੈਕਟ ਕਰਨ ਦੀ ਬੜੀ ਕੋਸ਼ਿਸ਼ ਕੀਤੀ, ਤੇ ਤੁਸੀਂ ਮੇਰਾ ਨੰਬਰ ਬਲੌਕ ਲਿਸਟ 'ਚ ਪਾਤਾ। ਜਦੋਂ ਮੈਂ ਕਿਸੇ ਹੋਰ ਨੰਬਰ ਤੋਂ ਟਰਾਈ ਕਰਦਾ ਸੀ, ਮੇਰੀ ਬਦਕਿਸਮਤੀ ਦੇਖੋ, ਉਹ ਵੀ ਕਾਲ ਤੁਸੀਂ ਚੱਕੀ ਤੇ ਮੈਨੂੰ ਕੀ ਕਿਹਾ ਸੀ? ਮੇਰੀ ਕੁੜੀ ਤੋਂ ਦੂਰ ਰਹੀ, ਅੱਜ ਤੋਂ ਬਾਅਦ ਉਹਨੂੰ ਕਾਲ ਨਾ ਕਰੀ। ਔਰ ਮੇਰੀ ਕੁੜੀ ਤੋਂ ਨਾ ਦੂਰ ਰਹੀ ਔਰ ਮੇਰੀ ਕੁੜੀ ਨੂੰ ਫੋਨ ਨਾ ਕਰੀ, ਜੇ ਅੱਜ ਤੋਂ ਬਾਅਦ ਤੇਰਾ ਫੋਨ ਆ ਗਿਆ ਨਾ ਤੇ ਆਪਣਾ ਪੜਿਆ ਵਿਚਾਰ ਨਹੀਂ। ਹਾਰ ਕੇ ਮੈਂ ਕਿਰਨ ਤੇ ਕੇਸ ਕੀਤਾ ਤਾਂ ਕਿ ਤੁਹਾਡੇ ਕਿਸੇ ਘਰ ਦੇ ਮੈਂਬਰ ਨਾਲ ਮੇਰੀ ਮੁਲਾਕਾਤ ਹੋ ਸਕੇ। ਫਿਰ ਤਰੀਕ ਤੇ ਜਾ ਕੇ ਮੈਨੂੰ ਗੁਰਚਰਨ ਵੀਰਾ ਤੇ ਮਨਪ੍ਰੀਤ ਮਿਲੇ, ਜਿਨ੍ਹਾਂ ਨੂੰ ਮੈਂ ਆਪਦੀ ਸਾਰੀ ਸੱਚਾਈ ਦੱਸੀ। ਬਸ ਕਰੋ ਗਗਨ, ਤੁਹਾਨੂੰ ਕੋਈ ਵੀ ਸਫਾਈ ਦੇਣ ਦੀ ਲੋੜ ਨਹੀਂ। ਪਾਗਲ ਤਾਂ ਮੈਂ ਸੀ ਜਿਹੜੀ ਇੰਨੀ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਵੀ ਆਪਣੀ ਮਾਂ ਤੇ ਅੰਧ ਵਿਸ਼ਵਾਸ ਕਰ ਬੈਠੀ। ਮੰਮੀ ਤੁਸੀਂ ਐਵੇਂ ਕਿਉਂ ਕੀਤਾ? ਮੈਂ ਤੁਹਾਡੀ ਧੀ ਸੀ, ਕੋਈ ਦੁਸ਼ਮਣ ਨਹੀਂ ਸੀ। ਤੁਸੀਂ ਮੇਰੀ ਸੀਰਤ ਦਾ ਸਾਰਾ ਬਚਪਨ ਖਰਾਬ ਕਰਕੇ ਰੱਖਤਾ। ਉਹਨੂੰ ਮਾਂ ਤੇ ਪਿਓ ਦੋਵਾਂ ਦੇ ਪਿਆਰ ਦੀ ਲੋੜ ਸੀ, ਪਰ ਉਹਨੂੰ ਮਿਲਿਆ ਕੀ? ਸਿਰਫ ਮਾਂ ਦਾ ਪਿਆਰ, ਪਿਓ ਦਾ ਨਹੀਂ। ਕਿਰਨ ਭੈਣੇ, ਜੋ ਹੋਣਾ ਸੀ ਉਹ ਹੋ ਗਿਆ, ਹੁਣ ਸਾਰੀਆਂ ਗੱਲਾਂ ਤੇ ਮਿੱਟੀ ਪਾ। ਗਗਨ ਤੈਨੂੰ ਲੈਣ ਆਇਆ, ਉਹਦੇ ਨਾਲ ਚਲੀ ਜਾ। ਹਾਂਜੀ ਵੀਰੇ, ਜਾਨੀ ਆ, ਪਰ ਇੱਕ ਗੱਲ ਮੰਮੀ ਮੈਂ ਤੁਹਾਨੂੰ ਹੋਰ ਕਹੂੰਗੀ, ਇੱਕ ਧੀ ਨੂੰ ਗਲਤ ਪੱਟੀ ਪੜਾ ਕੇ ਕਦੇ ਵੀ ਉਹਦੇ ਸਹੁਰਿਆਂ ਦੇ ਖਿਲਾਫ ਨਾ ਕਰੋ, ਕਿਉਂਕਿ ਏਦਾਂ ਕਰਕੇ ਨਾ ਤਾਂ ਮਾਂ ਸੁਖੀ ਰਹਿੰਦੀ ਆ, ਨਾ ਇੱਕ ਧੀ ਸੁਖੀ ਰਹਿ ਸਕਦੀ ਆ। ਨਾਲ ਤੁਸੀਂ ਕੀ ਕਿਹਾ ਸੀ ਮੈਨੂੰ? ਗਗਨ ਕੋਲ ਰੱਖਣ ਦੀ ਬਜਾਏ ਮੈਨੂੰ ਖੂਹ 'ਚ ਧੱਕਾ ਦੇ ਦੋਗੇ? ਉਹ ਮੰਮੀ, ਖੂਹ 'ਚ ਤਾਂ ਤੁਸੀਂ ਮੈਨੂੰ ਆਪ ਸੁੱਟਿਆ, ਮੈਨੂੰ ਮੇਰੇ ਸਹੁਰਿਆਂ ਤੋਂ ਪੇਕੇ ਸੱਦ ਕੇ। ਚੱਲ ਪੁੱਤ ਚੱਲੀਏ। ਚਲੋ ਜੀ, ਮੈਂ ਤਿਆਰ ਹਾਂ। ਫੋਨ ਕਰਕੇ ਕਹਿ ਦਾਂ ਵੀ ਘਰੇ ਤੋਰੀਆਂ ਬਣੀਆਂ ਨੇ, ਆਪਣੇ ਲਈ ਆਉਂਦੇ ਹੋਏ ਕੁਛ ਖਾਣ ਨੂੰ ਲਿਆਉਣ, ਨਹੀਂ ਤਾਂ ਆ ਕੇ ਬੋਲਣਗੇ ਵੀ ਤੋਰੀਆਂ ਬਣਾਤੀਆਂ, ਮੈਂ ਤਾਂ ਖਾਂਦਾ ਨਹੀਂ। ਹੈਲੋ ਜੀ, ਅੱਜ ਘਰੇ ਤੋਰੀਆਂ ਦੀ ਸਬਜ਼ੀ ਬਣੀ ਆ ਅਤੇ ਉਹ ਤੁਸੀਂ ਖਾਂਦੇ ਨਹੀਂ, ਜੋ ਤੁਸੀਂ ਖਾਣਾ ਹੋਇਆ ਨਾ ਆਉਂਦੇ ਹੋਏ ਆਪਣੇ ਲਈ ਲੈ ਕੇ ਆਇਓ। ਚੱਲ ਠੀਕ ਆ ਲਿਆਉਣਾ ਮੈਂ ਕੁਛ ਆਉਂਦਾ ਖਾਣ ਨੂੰ।
ठीक है जी, आ जाओ। ओके। स्वाद आ गया। वो जीदी जिथे जगह सी उथे देख के बड़ा मालक बनया फिरदा सी अपने आप च। फैक्ट्री से झाड़ू लवाता वो तो अगे अगे देख की हुंदा आ। वो तो अपना जानकार बंदा सी, ताही तां देव नूं धक्के मार के बाहर कढ़ाता। वो जिहड़ा तू बाहर कढ़ाया ना वो तो स्वाद आ गया। वो तो वर्करां ने जिहड़ी उहदी बेइज्जती कीती आ तो मजा ही आ गया। हुण जिथे कम ते लगूगा ना 100 बारी सोचूगा। ਉਹ ਜੇ ਤੇਰੇ ਗੁਰਚਰਨ ਦਾ ਫੋਨ ਆ ਗਿਆ ਉਹਨੂੰ ਕੀ ਕਹਿਣਾ? ਤੈਨੂੰ ਦੱਸਣ ਦੀ ਲੋੜ ਹੈ? ਕਹਿ ਦੀ ਉਹਨੂੰ ਸਾਲੇ ਨੇ ਨੁਕਸਾਨ ਕਰਾਤਾ ਸੀ ਲੱਖਾਂ ਦਾ, ਨਾਲੇ ਤਾਂ ਆਪਦੀ ਬੇਇੱਜ਼ਤੀ ਕਰਾਈ ਨਾਲੇ ਮੇਰੀ ਕਰਾਤੀ। ਲਾ ਦੀ 2-4 ਗੱਲਾਂ ਆਪਦੇ ਕੋਲੋਂ ਵੱਧ। ਉਹਦੀ ਤੂੰ ਫਿਕਰ ਨਾ ਕਰ, ਉਹਦੇ ਫੋਨ ਆਉਣ ਤੋਂ ਪਹਿਲਾਂ ਨਾ ਮੈਂ ਹੀ ਉਹਨੂੰ ਫੋਨ ਕਰ ਦਿੰਦਾ ਵੀ ਆਹ ਕਿਹੋ ਜਿਹਾ ਬੰਦਾ ਟਕਰਾਤਾ ਤੂੰ ਮੈਨੂੰ ਪਿੰਦੇ। ਵਾਹ ਬਈ ਵਾਹ, ਬੜੀ ਇੱਜ਼ਤ ਵਾਲਾ ਕੰਮ ਕਰਦੇ ਪਏ ਹੋ। ਉਹ ਇਹ ਤਾਂ ਬਾਹਰਲਾ ਸੀ, ਤੁਸੀਂ ਤਾਂ ਕਰਦੇ ਹੋ। ਜੇ ਕਿਸੇ ਦਾ ਚੰਗਾ ਨਹੀਂ ਨਾ ਕਰ ਸਕਦੇ ਤਾਂ ਮਾੜਾ ਵੀ ਨਹੀਂ ਕਰੀਦਾ। ਗੁਰਚਰਨ ਜਰਾ ਥੋਟ ਗਣਾ ਦੇਖ ਲਾ, ਉੱਚੀ ਨਾ ਬੋਲ, ਮੇਰੀ ਇੱਜ਼ਤ ਬਣੀ ਹੋਈ ਹੈ ਸਾਰੇ ਪਾਸੇ। ਇੱਜ਼ਤ ਤਾਂ ਤੁਹਾਡੀ ਢਹਿ ਢੇਰੀ ਮੈਂ ਕਰ ਦਿੰਦਾ ਹੁਣੇ, ਜਾ ਕੇ ਦੱਸਦਾ ਸਾਰਿਆਂ ਨੂੰ, ਮੰਮੀ ਨੂੰ, ਦੇਵ ਨੂੰ ਤੇ ਅਮਰ ਨੂੰ ਕਿ ਤੁਹਾਡਾ ਅਸਲੀ ਚਿਹਰਾ ਹੈ ਕੀ। ਅੱਛਾ, ਉਹ ਮੇਰਾ ਅਸਲੀ ਚਿਹਰਾ ਲਿਆਉਣ ਤੋਂ ਪਹਿਲਾਂ ਉਹ ਜਿਹੜਾ ਤੂੰ ਨਕਲੀ ਨਿਕਾਬ ਪਾਇਆ ਹੋਇਆ ਜੇ ਮੈਂ ਉਹ ਸਾਰਿਆਂ ਸਾਹਮਣੇ ਲਿਆਤਾ ਫੇਰ? ਉਹ ਜਿਹੜਾ ਸਾਡੇ ਤੋਂ ਚੋਰੀ ਹਸਪਤਾਲਾਂ 'ਚ ਦਵਾਈਆਂ ਦੀ ਸੇਵਾ ਕਰਦੇ ਫਿਰਦੇ ਹੋ, ਨੌਕਰੀਆਂ ਦੀ ਸਿਫਾਰਸ਼ਾਂ ਕਰਦੇ ਹੋ, ਮੇਲ ਮਿਲਾਪ ਕਰਦੇ ਫਿਰਦੇ ਹੋ, ਦੱਸਾਂ ਫਿਰ ਉਹ ਵੀ ਦੂਜੇ ਦੀ ਥਾਲੀ ਵਿੱਚ ਲੱਡੂ ਅਤੇ ਕਸੂਰ ਹਮੇਸ਼ਾ ਵੱਡੇ ਹੀ ਲੱਗਦੇ ਆ ਅਤੇ ਆਪਦੇ ਵਾਰੀ ਲੱਡੂ ਵੀ ਛੋਟੇ ਹੋ ਜਾਂਦੇ ਆ ਅਤੇ ਕਸੂਰ ਵੀ ਛੋਟੇ ਹੋ ਜਾਂਦੇ ਆ। ਮੇਰਾ ਕੋਈ ਕਸੂਰ ਨਹੀਂ, ਨਾ ਵੱਡਾ ਅਤੇ ਨਾ ਹੀ ਛੋਟਾ। ਹਾਂ, ਵਰਤਦਾ ਮੈਂ ਦੇਵ ਨਾਲ, ਕਿਉਂ ਨਾ ਵਰਤਾਂ, ਉਹਦੇ ਮਾੜੇ ਟਾਈਮ 'ਚ ਉਹਦੇ ਨਾਲ ਖੜਾਂ। ਤੁਹਾਡੇ ਵਾਂਗੂ ਮੌਕੇ 'ਤੇ ਪਿੱਠ ਦਿਖਾ ਕੇ ਨਹੀਂ ਭੱਜਿਆ। ਉਹ ਜੇ ਆਪਾਂ ਕਿਸੇ ਦਾ ਕੁਛ ਚੰਗਾ ਕਰਦੇ ਹਾਂ ਨਾ ਤਾਂ ਰੱਬ ਵੀ ਆਪਣੇ ਨਾਲ ਚੰਗਾ ਹੀ ਕਰਦਾ। ਉਹ ਤੋਂ ਡਰ ਕੇ ਕੋਈ ਚੰਗੇ ਕਰਮ ਕਰ ਲਓ। ਅਤੇ ਤੂੰ ਜੋ ਮੇਰੇ ਨਾਲ ਕੀਤਾ ਨਾ ਇਹ ਯਾਰੀ ਦੇ ਨਾਮ 'ਤੇ ਕਲੰਕ ਆ। ਅੱਜ ਤੋਂ ਬਾਅਦ ਕਿਸੇ 'ਤੇ ਵੀ ਮੈਂ ਇੰਨਾ ਯਕੀਨ ਨਹੀਂ ਕਰੂੰਗਾ। ਅੱਜ ਤੱਕ ਨਾ ਸਿਰਫ ਸੁਣਿਆ ਹੀ ਸੀ ਕਿ ਯਾਰ ਯਾਰ ਮਾਰ ਕਰ ਜਾਂਦੇ ਨੇ ਅਤੇ ਆਪਣੇ ਬੇਗਾਨੇ ਹੋ ਜਾਂਦੇ ਨੇ, ਅੱਜ ਅੱਖੀਂ ਦੇਖ ਵੀ ਲਿਆ, ਥੂ ਆ ਤੁਹਾਡੇ ਦੋਨਾਂ 'ਤੇ। ਉਹ ਬਹਿ ਜਾ ਤੂੰ, ਹੁਣ ਕਾਹਤੋਂ ਖੜਾ ਹੁੰਦਾ। ਰੋਡ ਦੇ ਨਾ ਬਿਲਕੁਲ ਲਾਗੇ ਜਗ੍ਹਾ ਵਾ, ਹੈ ਨਾ, ਆਉਂਦੇ ਜਾਂਦੇ ਲੰਘਦੇ ਕਰਦੇ ਦੀ ਨਿਗਾਹ ਬਹੁਤ ਪੈਣੀ ਇੱਥੇ। ਮੈਨੂੰ ਤਾਂ ਇਹ ਜਗ੍ਹਾ ਬਹੁਤ ਪਸੰਦ ਆ, ਬਾਕੀ ਤੂੰ ਦੱਸ ਦੇ ਤੈਨੂੰ ਪਸੰਦ ਆ? ਜਦੋਂ ਤੁਸੀਂ ਜਾਣਾ ਸੀ ਜਗ੍ਹਾ ਦੇਖਣ ਮੈਨੂੰ ਨਾਲ ਲੈ ਕੇ ਜਾਂਦੇ, ਹੁਣ ਸਾਰੇ ਕਿਤੇ ਦੇਖ ਲਿਆ ਜਗ੍ਹਾ ਤੁਹਾਨੂੰ ਪਸੰਦ ਆ ਗਈ ਅਤੇ ਹੁਣ ਮੈਨੂੰ ਦਿਖਾਉਣ ਆ ਗਏ। ਮੈਨੂੰ ਤਾਂ ਜਗ੍ਹਾ ਪਸੰਦ ਨਹੀਂ। ਉਹ ਜਗ੍ਹਾ ਪਸੰਦ ਨਹੀਂ, ਉਹ ਲੈਂਟਰ ਪਿਆ ਵਿਆ, ਭਾਰਤ ਵੀ ਦੇਖ ਕਿੰਨੀ ਉੱਚੀ ਆ, ਉਹ ਰੋਡ ਦੇ ਬਿਲਕੁਲ ਨੇੜੇ ਲੱਗਦੀ ਆ, ਹੋਰ ਹੀ ਤੂੰ ਆਪਾਂ ਨੂੰ ਕਿੱਥੋਂ ਮਿਲੂਗੀ ਵਧੀਆ ਦੁਕਾਨ? ਉਹ ਜੇ ਤਾਂ ਤੁਸੀਂ ਕਰਨੀ ਆ ਆਪਣੀ ਮਰਜ਼ੀ ਫਿਰ ਤਾਂ ਇਹ ਜਗ੍ਹਾ ਲੈ ਲਓ, ਪਰ ਮੇਰੇ ਤੋਂ ਜੇ ਸਲਾਹ ਲੈਂਦੇ ਹੋ ਨਾ ਤਾਂ ਮੈਨੂੰ ਇਹ ਲੋਕੇਸ਼ਨ ਪਸੰਦ ਨਹੀਂ। ਉਹ ਇਹਦੇ ਵਿੱਚ ਨਿੰਦਣ ਵਾਲੀ ਕਿਹੜੀ ਗੱਲ ਹੈ, ਉਹ ਬੇਸਮੈਂਟ ਬਣੀ ਹੋਈ ਆ, ਪਾਸਰ ਮਿਲਦੀ ਆਪਾਂ ਨੂੰ, ਜੇ ਆਪਣਾ ਇੱਥੇ ਸ਼ੋਰੂਮ ਖੁੱਲ੍ਹ ਗਿਆ ਨਾ ਤਾਂ ਮਿੰਟੋ ਮਿੰਟ ਹੀ ਚੱਲੂ। ਪਰ ਜੇ ਤੁਸੀਂ ਆਪਣੀ ਉਹ ਮਰਜ਼ੀ ਕਰਨੀ ਸੀ ਤਾਂ ਮੈਨੂੰ ਨਾਲ ਲੈ ਕੇ ਕਿਉਂ ਆਏ, ਪੁੱਛਣ ਦੀ ਵੀ ਕੀ ਲੋੜ ਹੈ? ਅੱਛਾ ਚੱਲ, ਜੇ ਇੱਥੇ ਜਗ੍ਹਾ ਨਹੀਂ ਲੈਣੀ ਤਾਂ ਤੂੰ ਦੱਸ ਤੈਨੂੰ ਕਿਹੜਾ ਏਰੀਆ ਪਸੰਦ ਆ, ਉੱਥੇ ਜਗ੍ਹਾ ਲੈ ਲੈਂਦੇ ਹਾਂ। ਜਿੱਥੇ ਅਮਰ ਦਾ ਸ਼ੋਰੂਮ ਆ ਨਾ ਉੱਥੇ ਦੁਕਾਨ ਲਓ। ਉਹ ਤੇਰਾ ਦਿਮਾਗ ਖਰਾਬ ਹੈ, ਉਹ ਮੈਂ ਉੱਥੇ ਕਾਹਤੋਂ ਜਗ੍ਹਾ ਲਊਂਗਾ, ਆਪਾਂ ਸਾਰਾ ਕੁਝ ਚੋਰੀ ਕਰਦੇ ਪਏ ਹਾਂ, ਉਹ ਮੈਂ ਉਹਦੀ ਹਿੱਕ 'ਤੇ ਜਾ ਕੇ ਦੀਵਾ ਬਾਲੂੰਗਾ। ਬਾਲਣਾ ਪੈਣਾ ਹੈ, ਜਗ੍ਹਾ ਲੈਣੀ ਪੈਣੀ ਆ, ਜਾਂ ਤਾਂ ਸ਼ੋਰੂਮ ਦੇ ਸੱਜੇ ਪਾਸੇ ਜਾਂ ਸ਼ੋਰੂਮ ਦੇ ਖੱਬੇ ਪਾਸੇ। ਉਹ ਨਿੱਤ ਦਾ ਲੜਾਈ ਝਗੜਾ ਰਹੂਗਾ, ਕਲੇਸ਼ ਰਹੂਗਾ, ਉਹਦੇ ਨੇੜੇ ਤੇੜੇ ਨਹੀਂ ਆਪਾਂ ਦੁਕਾਨ ਲੈ ਸਕਦੇ। ਨਾ ਕਿਉਂ, ਕੀ ਗੱਲ, ਉਹ ਤੁਹਾਡੀ ਦੁਕਾਨ 'ਤੇ ਆ ਕੇ ਜਿੰਦਾ ਲਾ ਦੂਗਾ। ਉਹ ਜਦ ਅਸੀਂ ਇੱਥੇ ਸ਼ੋਰੂਮ ਖੋਲ੍ਹਾਂਗੇ ਤਾਂ ਵੀ ਤੁਹਾਨੂੰ ਪਤਾ ਲੱਗ ਜੂਗਾ, ਉਸ ਤੋਂ ਵਧੀਆ ਉਹਦੇ ਨਾਲ ਹੀ ਖੋਲ੍ਹ ਲਓ। ਤੂੰ ਤਾਂ ਐਂ ਕਹਿੰਦੀ ਆ ਜਿਵੇਂ ਖੱਬੇ ਪਾਸੇ ਵਾਲੀ ਵੀ ਦੁਕਾਨ ਖਾਲੀ ਪਈ ਹੁੰਦੀ ਆ, ਸੱਜੇ ਪਾਸੇ ਵਾਲੀ ਵੀ ਖਾਲੀ ਪਈ ਹੁੰਦੀ ਆ, ਸਾਰੀਆਂ ਦੁਕਾਨਾਂ ਮੇਰੇ ਵਾਸਤੇ ਖੋਲ੍ਹ ਕੇ ਰੱਖੀਆਂ ਹੋਈਆਂ ਵੀ ਬੂਟਰ ਸਾਹਿਬ ਆ ਕੇ ਲੈ ਲਓ, ਇਹ ਤੁਹਾਡੇ ਵਾਸਤੇ ਆ। ਉਹ ਕਮਲੀਏ, ਇੱਦਾਂ ਨਹੀਂ ਹੁੰਦਾ ਹੁੰਦਾ। ਮੈਨੂੰ ਨਹੀਂ ਪਤਾ ਕਿਵੇਂ ਹੁੰਦਾ ਪਰ ਕਰੋ। ਉਹ ਤੁਹਾਨੂੰ ਕੀ ਪਤਾ
ਨੇੜੇ ਦੁਕਾਨ ਖੋਲਣ ਦੇ ਕਿੰਨੇ ਫਾਇਦੇ ਹੁੰਦੇ ਨੇ? ਫਾਇਦੇ? ਉਹ ਮੈਨੂੰ ਤਾਂ ਜਿੱਥੋਂ ਤੱਕ ਦਿਸ ਰਿਹਾ ਨੁਕਸਾਨ ਹੀ ਲੱਗ ਰਿਹਾ ਵਾ। ਤੂੰ ਦੱਸ ਦੇ ਕਿੱਥੋਂ ਫਾਇਦੇ ਹੁੰਦੇ ਨੇ? ਸੁਣੋ ਫਿਰ, ਪਹਿਲੀ ਗੱਲ, ਉਸ ਲੋਕੇਸ਼ਨ ਦੇ ਵਿੱਚ ਤੁਹਾਡੀ ਚੰਗੀ ਜਾਣ ਪਹਿਚਾਣ ਬਣੀ ਹੋਈ ਆ। ਉਹ ਜਿਹੜਾ ਅਮਰ ਦੇ ਸ਼ੋਰੂਮ 'ਚ ਜਾਊਗਾ ਉਹ ਤੁਹਾਡੇ ਸ਼ੋਰੂਮ 'ਚ ਵੀ ਆਊਗਾ ਅਤੇ ਪੁੱਛੂਗਾ ਤੁਹਾਡੀ ਆਪਸ 'ਚ ਕੀ ਗੱਲ ਹੋਈ ਆ। ਤੁਸੀਂ ਭੋਲਾ ਜਿਹਾ ਮੂੰਹ ਬਣਾ ਕੇ ਅਮਰ ਦੀ ਬੁਰਾਈ ਕਰ ਦਿਓ ਕਿ ਉਹ ਗਾਹਕ ਨਾਲ ਠੱਗੀ ਕਰਦਾ ਸੀ, ਅਤੇ ਮੈਂ ਹੈਗਾ ਸੱਚਾ ਸੁੱਚਾ ਬੰਦਾ, ਮੈਂ ਠੱਗੀ ਕਰਨੀ ਨਹੀਂ। ਉਹ ਵੱਧ ਲਾਲਚ ਕਰਦਾ ਅਤੇ ਮੈਂ ਇੱਦਾਂ ਕਰਨਾ ਨਹੀਂ, ਇਸੇ ਕਰਕੇ ਸਾਡੀ ਨਿਭੀ ਨਹੀਂ, ਅਸੀਂ ਦੁਕਾਨ ਅੱਡ ਕਰ ਲਈ। ਫਿਰ ਦੇਖਿਓ ਅਮਰ ਨਾਲ ਕਿਵੇਂ ਗਾਹਕ ਟੁੱਟਦੇ ਅਤੇ ਸਾਡੇ ਨਾਲ ਕਿਵੇਂ ਜੁੜਦੇ। ਵਾਹ ਬਈ ਵਾਹ, ਉਹ ਕਿਸੇ ਸਿਆਣੇ ਨੇ ਸੱਚ ਹੀ ਕਿਹਾ, ਉਹ ਜਿੱਥੇ ਬੰਦੇ ਦੀ ਸੋਚ ਖਤਮ ਹੁੰਦੀ ਆ ਨਾ, ਉੱਥੋਂ ਜਨਾਨੀ ਦੀ ਸੋਚ ਸ਼ੁਰੂ ਹੁੰਦੀ ਆ। ਮੰਨ ਗਏ ਤੈਨੂੰ। ਐਂ ਹੀ ਆ ਫਿਰ।